ਗੁੱਡ ਮਾਰਨਿੰਗ ਟੀਮ ਇਕਨੋਮਿਕਸ ਮੈਂ ਡਾਕਟਰ ਕੁਲਵੀਰ ਅੱਜ ਗੱਲ ਕਰਦੇ ਹਾਂ 골ਡ ਤੇ ਕੁਇਕ ਐਨਾਲਿਸਿਸ ਦੀ 골ਡ ਵਿੱਚ ਜਿਵੇਂ ਤੁਸੀਂ ਕੀ ਦੇਖ ਸਕਦੇ ਹੋ 골ਡ ਦੇ ਵਿੱਚ ਅਪਸਕਟ ਨੂੰ ਰਿਜੈਕਸ਼ਨ ਹੋ ਚੁੱਕੀ ਹੈ 22 22 ਤੱਕ ਲੈਵਲ ਆਲ ਟਾਈਮ ਹਾਈ ਬਣਾ ਕੇ 골ਡ ਪੁਲ ਬੈਕ ਕਰ ਰਹੇ ਹਨ ਸੋ ਉਸਨ ਕਿਹਾ ਸੀਗਾ ਕਿ 골ਡ ਕੰਸੋਲਿਡੇਸ਼ਨ ਦੇ ਵਿੱਚ ਵੀ ਜਾ ਸਕਦਾ ਹੈ ਫਾਰ ਕੁਪਲ ਆਫ ਡੇਸ 2145 ਦਾ ਇੱਕ ਲੈਵਲ ਹੈਗਾ ਜਿਹੜਾ ਕਿ ਇੱਕ ਵਧੀਆ ਸਪੋਰਟ ਬਣਾ ਕੇ ਰੱਖ ਸਕਦਾ ਹੈ ਬਟ ਜੇ ਇੱਥੇ ਆ ਕੇ ਗੋਲ ਰਿਕਵਰ ਨਾ ਕਰਦਾ ਹੋਇਆ ਡਾਊਨ ਆ ਜਾਂਦਾ ਹੈ ਸੋ ਗੋਲ ਜਿਹੜਾ ਹੈਗਾ ਉਹ ਡਾਊਨਵਰਡ ਦੀ 2100 ਤੱਕ ਦੀ ਜਿਹੜੀ ਮੂਵਮੈਂਟ ਹੈਗੀ ਹੈ ਟੈਕਨੀਕਲੀ ਗੱਲ ਕਰੀਏ ਤਾਂ 2000 ਤੱਕ ਵੀ ਆ ਸਕਦਾ ਕਿਉਂਕਿ ਜਿਵੇਂ ਇਹ ਕਲੀਨ ਮੂਵਮੈਂਟ ਅਪਸਾਈਡ ਦੀਗੀ ਉਵੇਂ ਹੀ ਡਾਊਨਸਾਈਡ ਦੀ ਵੀ ਮੂਵਮੈਂਟ ਹੋ ਸਕਦੀ ਹੈ ਸੋ ਇਹ ਤਾਂ ਹੋ ਗਈ ਡੇਲੀ ਕੈਂਡਲਸ ਦੀ ਗੱਲ ਸੋ ਡੇਲੀ ਕੈਂਡਲ ਦੇ ਵਿੱਚ 골ਡ ਇਸ ਵੇਲੇ 2145 ਤੇ ਆ ਕੇ ਸਪੋਰਟ ਲੈ ਸਕਦਾ ਸੋ 300 ਪਿਪਸ ਦੀ ਮੂਵਮੈਂਟ ਡਾਊਨਵਰਡ ਹੋ ਸਕਦੀ ਹੈ ਅਪਸਾਈਡ ਦੀ ਰਿਜੈਕਸ਼ਨ ਦੇਖ ਸਕਦੇ ਹੋ ਸੋ ਅਪਸਾਈਡ ਦੀ ਰਿਜੈਕਸ਼ਨ ਤੁਸੀਂ ਕਨਸੀਡਰ ਕਰਨੀ ਹੈ ਇਸ ਲੈਵਲ ਦੇ ਉੱਤੇ 2186 ਜਿਹੜਾ ਹੈਗਾ ਸੋ 2186 ਤੋਂ ਬਾਅਦ ਜੋ ਵੀ ਹੈਗਾ ਅਪਸਾਈਡ ਦੀ ਮੂਵਮੈਂਟ 2020 22 22 ਤੱਕ ਦੀ ਹੈਗੀ ਆ ਉਹ ਸਾਰੀ ਇੱਕ ਫੇਕ ਆਊਟ ਤੁਸੀਂ ਕਹਿ ਸਕਦੇ ਹੋ ਯਾ ਰਿਜੈਕਟਡ ਏਰੀਆ ਕਹਿ ਸਕਦੇ ਹੋ ਹਰ ਟਾਈਮ ਫਰੇਮ ਦੇ ਵਿੱਚ 4 ਆਵਰ ਦੇ ਵਿੱਚ ਗੱਲ ਕਰਦੇ ਆ 4 ਆਵਰ ਦੇ ਵਿੱਚ ਜਿਵੇਂ ਕਿ ਆ ਸੀ ਕਨਸੋਲਿਡੇਸ਼ਨ ਅਪਸਾਈਡ ਦੀ ਫੇਕ ਆਊਟ ਹੋ ਕੇ ਯਾ ਡਾਊਨ ਰਿਜੈਕਸ਼ਨ ਹੋ ਕੇ ਅਪਸਾਈਡ ਤੋਂ ਇਸ ਵੇਲੇ ਗੋਲਡ ਨੇ ਆਪਣਾ ਵਧੀਆ ਇੱਕ ਕਲੇਵਰ ਸਵਿਪ ਤੁਸੀ ਦੇਖ ਸਕਦੇ ਹੋ 2145 ਤੋਂ ਲੈ ਕੇ 2185 ਤੱਕ 400 ਪਿਪਸ ਦੀ মুਵਮੈਂਟ ਜਿਹੜੀ ਹੈ ਜੀ ਕ੍ਰੇਨ ਚ ਬਣਾ ਕੇ ਰੱਖੀ ਆ ਗੋਲਡ ਨੇ ਜਿਹੜੀ ਕੀ ਆਉਣ ਵਾਲੇ ਦਿਨਾਂ ਚ ਵੀ ਕੰਟੀਨਿਊ ਕਰ ਸਕਦੀ ਹੈ ਸੋ ਇਹ ਵੀ ਇੱਕ ਬਹੁਤ ਵਧੀਆ ਤੁਹਾਨੂੰ ਰੇਂਜ ਵਿੱਚ ਮਿਲ ਸਕਦੀ ਹੈਗੀ ਸੋ ਤੁਸੀਂ ਜਿਹੜਾ ਹੈਗਾ ਨੀਟਮ ਸਾਈਡ ਤੋਂ ਬਾਇਸ ਇਸ ਏਰੀਆ ਇਸ ਜੋਂ ਤੋਂ ਆ ਕੇ ਅਪ ਸਾਈਡ ਤੋਂ ਸੈਲ ਵੀ ਕਰ ਸਕਦੇ ਹੋ ਡਿਪੈਂਡ ਔਨ ਦਾ ਕੈਂਡਲਸਟਿਕ ਪੈਟਰਨਸ ਕਿਵੇਂ ਦਾ ਪੈਟਰਨ ਜਿਹੜਾ ਹੈਗਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੈ 1 ਆਵਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਪ ਸਾਈਡ ਤੋਂ ਕਲੀਅਰ ਰਿਜੈਕਸ਼ਨ ਹੈਗੀ ਇਨਗਲਫਿੰਗ ਬਣ ਕੇ ਬੈਕ ਟੂ ਬੈਕ ਡਾਊਨ ਸੋ ਦੈਨ ਇਸ ਸਪੋਰਟਿੰਗ ਇਨ ਦਾ ਮਿਡਲ ਆਫ ਦਾ ਰੇਂਜ ਇੱਥੇ ਇੱਕ ਸਪੋਰਟ ਲੈ ਰਹੀ ਹੈ ਸੋ ਟੈਕਨੀਕਲੀ ਅਸੀਂ ਇਸ ਵੇਲੇ ਕਿਤੇ ਵੀ ਨਹੀਂ ਹੈ ਨਾ ਬਾਇ ਕਰ ਸਕਦੇ ਹਾਂ ਨਾ ਸੈਲ ਕਰ ਸਕਦੇ ਹਾਂ ਐਸ ਪਰ ਵਨ ਆਵਰ ਟਾਈਮ ਫਰੇਮ ਕਿਉਂਕਿ ਰੇਂਜ ਹੈਗੀ ਹੈ ਰੇਂਜ ਵਿੱਚ ਸਾਨੂੰ ਰਿਕਵੈਸਟ ਹੈ ਕਿ ਸਟ੍ਰੈਟਜੀ ਆਪਣੀ ਚੇਂਜ ਕਰਨੀ ਪਾਏਗੀ ਕਿ ਡਾਊਨ ਸਾਈਡ ਤੋਂ ਬਾਏ ਤੇ ਅਪ ਸਾਈਡ ਤੋਂ ਸੈਲ ਕਰਦੇ ਜਾਓ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਜੇਪਾਂ ਸਮਾਲ ਟਰਮ ਸਮਾਲ ਟਾਈਮ ਫਰੇਮ ਤੇ ਲੇਬਲਸ ਮਾਰਕ ਕਰੀਏ ਇਸ ਵੇਲੇ ਜਿਹੜਾ ਹੈਗਾ ਅਸੀਂ ਬਾਏ ਤਾਂ ਨਹੀਂ ਕਰ ਸਕਦੇ ਕਿਉਂਕਿ ਬੈਕ ਟੂ ਬੈਕ ਰਿਜੈਕਸ਼ਨ ਹੈਗੀ ਹੈ ਤੋਂ ਸਾਨੂੰ 150 ਦੀ ਇੱਕ ਟਫ ਰੇਂਜ ਮਿਲਦੀ ਹੈਗੀ ਅਪ ਸਾਈਡ ਦੀ ਜੇ ਮੂਵਮੈਂਟ ਹੋ ਵੀ ਜਾਂਦੀ ਹੈ ਸੋ ਕਰਨਾ ਕੀ ਚਾਹੀਦਾ ਹੈ ਇਸ ਵੇਲੇ ਅਸੀਂ ਇੱਕ ਲੈਵਲ ਲੋਅਰ ਟਾਈਮ ਫਰੇਮ ਦਾ ਮਾਰਕ ਕਰਦੇ ਹਾਂ ਅਗਰ ਇਹ ਵਾਲਾ ਇੱਕ ਬ੍ਰੇਕ ਹੁੰਦਾ ਹੈ ਸੋ ਅਸੀਂ ਸੈਲ ਕਰ ਸਕਦੇ ਹਾਂ ਅਪ ਟੂ 2156 ਸੋ 150 ਪਿਪੀ ਦੀ ਮੂਵਮੈਂਟ ਇੱਥੇ ਤੁਹਾਨੂੰ ਮਿਲ ਸਕਦੀ ਹੈ ਅਪਸਾਈਡ ਲਈ ਅਸੀਂ ਇਸ ਲੈਵਲ ਦਾ 2164 ਜਾਂ ਅਸੀਂ ਇਸ ਲੈਵਲ ਤੱਕ ਆਉਣ ਦਾ ਕੋਲਡ ਦਾ ਵੇਟ ਕਰਨਾ ਹੈ ਅਗਰ ਇਸ ਲੈਵਲ ਤੇ ਆ ਕੇ ਕੋਲਡ ਟ੍ਰੈਂਡ ਆਪਣਾ ਚੇਂਜ ਕਰਦਾ ਹੈ ਫਿਰ ਅਸੀਂ ਬਾਏ ਕਰ ਸਕਦੇ ਹਾਂ ਇਸ ਲੈਵਲ ਦੇ ਉੱਤੇ ਆ ਕੇ ਜਾਂ ਇਸ ਲੈਵਲ ਦੇ ਉੱਤੇ। ਸੋ ਇਹ ਸੀਗਾ 30 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਕੋਈ ਖਾਸ ਮੂਵਮੈਂਟ ਨਹੀਂ ਹੈਗੀ ਮੰਡੇ ਹੋਣ ਕਰਕੇ ਵੀ ਲੋ ਵੋਲਿਊਮ ਹੈਗਾ। ਸਵੇਰੇ ਮੂਵਮੈਂਟ ਹੋਈ ਸੀਗੀ। ਬਟ ਓਵਰ ਆਲ ਸੇਮ ਅਪਸਾਈਡ ਤੋਂ ਰਿਜੈਕਸ਼ਨ ਲੈ ਕੇ ਜੇ ਆਪਾਂ 5 ਮਿੰਟ ਦੀ ਗੱਲ ਕਰਦੇ ਹਾਂ 5 ਮਿੰਟ ਦੇ ਵਿੱਚ ਇਹ ਅਪਸਾਈਡ ਤੋਂ ਰਿਜੈਕਸ਼ਨ ਲੈਂਦੀ ਹੈ। ਸੋ ਇੱਕ ਇਹ ਵਧੀਆ ਤੁਸੀਂ ਦੇਖ ਸਕਦੇ ਹੋ ਇਹ ਲੈਫਟ ਹੈਂਡ ਸਾਈਡ ਤੁਸੀਂ ਜੇ ਇੰਟੂ ਸਟ੍ਰੈਚ ਕਰੋਗੇ ਤੁਹਾਨੂੰ ਇਹ ਇੱਥੇ ਰਿਜੈਕਸ਼ਨ ਨਜ਼ਰ ਆਏਗੀ। ਅਰੇਂਜ ਬਣ ਚੁੱਕੀ ਹੈ 5 ਮਿੰਟ ਦੇ ਵਿੱਚ ਵੀ ਸੋ ਇਸ ਵੇਲੇ ਸੈਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਸੋ ਬਾਈ ਜਿਹੜਾ ਹੈਗਾ ਉਹ ਡਾਊਨ ਆਣ ਤੇ ਹੀ ਬਾਈ ਹੋ ਸਕਦਾ ਹੈ ਇਸ ਜ਼ੋਨ ਤੱਕ ਤੇ ਆਣ ਤੱਕ ਦਾ ਵੇਟ ਕਰੋ ਸੋ ਠੀਕ ਹੈ ਜੀ 5 ਮਿੰਟ ਅਕੋਰਡਿੰਗ ਤੁਹਾਨੂੰ ਮੈਂ ਡੇਲੀ ਟਾਈਮ ਫਰੇਮ ਤੋਂ ਲੈ ਕੇ ਤੋਂ 5 ਮਿੰਟ ਤੱਕ ਦਾ ਬ੍ਰੇਕਡਾਊਨ ਦੱਸਿਆ ਸੋ ਬਾਕੀ ਤੁਹਾਡੇ ਸਵਾਲ ਹੋਣਗੇ ਆ ਮਿਲਦੇ ਹਾਂ ਸ਼ਾਮ ਨੂੰ ਕੋਈ ਨੇ ਸੈਸ਼ਨ ਦੇ ਵਿੱਚ ਸੋ ਉੱਥੇ ਗੱਲ ਕਰਾਂਗੇ ਠੀਕ ਹੈ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ